ਕਿਆ ਬਾਤ ਹੈ। ਆਉਣ ਵਾਲੀ ਟਰਾਲੀ ਜੀ ਆ ਗਈ, ਸਾਰਾ ਸਮਾਨ ਜੋ ਉਹਨਾਂ ਦੇ ਅਨਲੋਡ ਕਰੀਏ, ਜਿਹੜੀਆਂ ਚੀਜ਼ਾਂ ਨੇਗੀਆਂ ਪਹਿਲੇ ਤਾਂ ਜਿਵੇਂ ਕਿ ਛਾਪਰ ਵਗੈਰਾ ਪਏ ਨੇਗੇ, ਇੱਧਰ ਕਟੋਰੀਆਂ ਬਣੀਆਂ ਹੋਈਆਂ ਸਾਰੀਆਂ ਜਿਹੜੀਆਂ ਨਾ ਪਟੋਲੀ ਦੇ ਵਿੱਚ ਪਾ ਲਵਾਂਗੇ, ਅਤੇ ਜਿਹੜੀਆਂ ਹੋਰ ਬੰਦੇ ਇੱਥੋਂ ਛਕਾ ਕੇ ਨਾਲ ਉਹਨਾਂ ਛਕਵਾਈ ਹੈਗੀ ਅਤੇ ਲੋਡ ਕਰ ਰਹੇ। ਮਾਨਤੀ ਜੀ ਟਰਾਲੀ ਪੂਰੀ ਲੋਡ ਕਰ ਲਈ ਹੈਗੀ ਅਤੇ ਹੁਣ ਫਿਰ ਘਰ ਦੀ ਕੁਛ ਇਹ ਸੂਰਤ ਹਾਲ ਹੈਗੀ, ਹਾਲੇ ਤੱਕ ਜੇ ਸਮਾਨ ਪਿਆ ਨਾ, ਅਤੇ ਹੁਣ ਜੀ ਫਿਰ ਵਾਪਸ ਚੱਲਦੇ ਹਾਂਗੇ ਉੱਧਰੋਂ ਜਾ ਕੇ ਬਾਕੀ, ਅਤੇ ਇਸੇ ਤਰ੍ਹਾਂ ਸਾਰਾ ਸਮਾਨ ਹਾਲੇ ਤੱਕ ਤੇ ਜੀ ਅੱਗੇ ਅੱਗੇ ਸਮਾਨ ਵਾਲੀ ਟਰਾਲੀ ਜਾ ਰਹੀ ਹੈਗੀ। ਅਸੀਂ ਹੁਣ ਬਿਸਮਿਲ੍ਲਾਹਿ ਰਹਿਮਾਨ ਰਹੀਮ, ਅਸਲਾਮ ਅਲੈਕੁਮ ਜੀ, ਕੀ ਹਾਲ ਚਾਲ ਨੇ ਸਾਡੇ ਦੇਖਣ ਵਾਲ ਤਾਂ ਮਾਂ ਭੈਣ ਭਾਈਆਂ ਦੇ, ਅਸੀਂ ਉਮੀਦ ਕਰਨਾ ਕਿ ਸਾਡੇ ਦੇਖਣ ਵਾਲ ਤਾਂ ਮਾਂ ਭੈਣ ਭਾਈ ਬਿਲਕੁਲ ਠੀਕ ਠਾਕ ਹੋਣਗੇ, ਅਤੇ ਅਲਹਮਦੁਲਿਲਾ ਜੀ ਅਸੀਂ ਬਿਲਕੁਲ ਠੀਕ ਠਾਕ ਆ ਗਏ। ਆਪਣਾ ਜੀ ਅੱਜ ਦਾ ਵਲਾਗ ਬੜਾ ਇੰਟਰਸਟਿੰਗ ਹੋਣ ਵਾਲਾ, ਅਸੀਂ ਸ਼ੁਰੂ ਤੋਂ ਲੱਗ ਕੇ ਅੰਤ ਤੱਕ ਮੁਕੰਮਲ ਵਾਚ ਕਰਨਾ। ਜਿਹਨੇ ਅੱਜ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਸਾਡਾ ਲਾਲ ਕਲਰ ਦਾ ਸਬਸਕ੍ਰਾਈਬ ਦਾ ਬਟਨ ਵੀ ਨਜ਼ਰ ਆ ਰਿਹਾ ਹੋਣਾ ਹੈਗਾ, ਉਹਨੂੰ ਦਬਾ ਕੇ ਨਾਲ ਛੋਟੇ ਜਿਹਾ ਬੈਲ ਆਈਕਨ ਦਾ ਬਟਨ ਹੋਣਾ, ਉਹਨੂੰ ਦਬਾ ਕੇ ਆਲ 'ਤੇ ਕਰ ਲਓ ਕਿ ਸਾਡੇ ਆਉਣ ਵਾਲੇ ਜੇ ਵਲਾਗ ਨੇ ਬਾਸਾਨੀ ਤੁਹਾਡੇ ਤੱਕ ਪਹੁੰਚ ਸਕਣ। ਅੱਜ ਜੀ ਸੁਬਹ ਲਾ ਦੀਆਂ ਖਾਲਾਂ ਜਾਣ ਵਾਲੇ ਸਾਡੇ ਲਈ ਕਾਲਾਂ ਆ ਰਹੀਆਂ ਸੀਗੀਆਂ ਕਿ ਅਸੀਂ ਨਾ ਆਪਣਾ ਇੱਧਰੋਂ ਸਮਾਨ ਸਾਰਾ ਚੱਕ ਕੇ ਅਤੇ ਆਪਣਾ ਯਾਰ ਨਾ ਨਵਾਂ ਘਰ ਹੈਗਾ ਉਹਦੇ ਸ਼ਿਫਟ ਕਰਨਾ ਹੈਗਾ, ਕਿਉਂਕਿ ਤੁਹਾਨੂੰ ਦੱਸਿਆ ਅਸੀਂ ਇੱਥੇ ਤਾਂ ਰਿਹਾਏ ਬੈਠੇ ਸੀ ਨਾ ਇਹਨਾਂ ਦੇ, ਜਿਹਨਾਂ ਦਾ ਡੇਰਾ ਵਗੈਰਾ ਹੈਗਾ, ਅਤੇ ਇਹਨਾਂ ਸਮਾਨ ਵਗੈਰਾ ਜਿਹੜਾ ਇੱਥੇ ਪਿਆ ਚੱਕ ਕੇ ਆਪਣਾ ਜਿਹੜਾ ਇਹਨਾਂ ਦਾ ਕੱਚਾ ਉੱਥੇ ਕਮਰਾ ਬਣਿਆ ਹੋਇਆ ਹੈਗਾ ਉਹਦੇ 'ਚ ਇੱਕ ਰੱਖ ਲੈਂਦੇ ਨੇ ਆਰਜ਼ੀ ਜਿਹੜਾ ਨਾ ਉੱਥੇ ਆਪਣੀ ਰਿਹਾਇਸ਼ ਰੱਖ ਲੈਂਦੇ ਨੇ, ਕਿਉਂਕਿ ਇਹਨਾਂ ਕੋਲ ਇਹਨਾਂ ਨੇ ਕੁਛ ਦਿਨਾਂ ਦਾ ਟਾਈਮ ਲਿਆ ਸੀਗਾ ਸਾਨੂੰ ਸ਼ਰਮਨ ਦੇ, ਉਸ ਤੋਂ ਬਾਅਦ ਜੋ ਹੈ ਨਾ ਅਸੀਂ ਚਲੇ ਜਾਵਾਂਗੇ, ਕਿਉਂਕਿ ਇਹਨਾਂ ਕੋਲ ਕੰਮ ਤਾਂ ਤੁਹਾਨੂੰ ਪਤਾ ਉਹਨਾਂ ਨੇ ਕੱਢ ਤਾ ਹੋਇਆ ਸੀਗਾ ਖਾਲੂ ਨੂੰ। ਅਤੇ ਅੱਜ ਆਏ ਹਾਂਗੇ, ਮੇਰੀ ਵੀ ਹਾਲਾਂਕਿ ਤਬੀਅਤ ਖਰਾਬ ਸੀ, ਅੰਮੀ ਜਾਨ ਦੀ ਵੀ ਤਬੀਅਤ ਖਰਾਬ ਸੀ, ਥੋੜ੍ਹਾ ਠੰਡਾ ਠੰਡਾ ਟਾਈਮ ਹੋਣ ਤਾਂ ਆਸਾਨੀ ਨਾਲ ਕੰਮ ਕਰ ਲਵਾਂਗੇ। ਦਰਅਸਲ ਮੇਰੀ ਨਾ ਲੱਤ ਜਿਹੜੀ ਬਹੁਤ ਜ਼ਿਆਦਾ ਦਰਦ ਕਰ ਰਹੀ, ਜਿਹੜੀ ਨਾ ਕੱਲ੍ਹ ਪਾਣੀ ਦੇ ਵਿੱਚ ਬੋੜੀ ਮਤੇ ਆ ਗਿਆ ਅਤੇ ਪਹਿਲੇ ਚੋਟ ਲੱਗੀ ਹੋਈ ਸੀਗੀ, ਉਸ ਵਜ੍ਹਾ ਤੋਂ ਦਰਦ ਅੱਜ ਬਹੁਤ ਜ਼ਿਆਦਾ ਹੋ ਰਹੀ, ਥਕਾਵਟ ਬਹੁਤ ਜ਼ਿਆਦਾ ਹੈਗੀ ਕੱਲ੍ਹ ਜੇ ਮੱਛਲੀਆਂ ਪਕੜਦੇ ਉੱਤੇ ਆਉਂਦੀ, ਲੇਕਿਨ ਕੋਈ ਨਾ ਬਸ ਥੋੜ੍ਹੀ ਬਹੁਤ ਚੀਜ਼ਾਂ ਨੇਗੀਆਂ ਜਿਹੜੀਆਂ ਨਾ ਇਹ ਪਹਿਲੇ ਲੋਡ ਕਰਨੀਆਂ ਨੇਗੀਆਂ ਸਾਰੀਆਂ। ਰਿਕਸ਼ਾ ਆ ਰਿਹਾ, ਮੈਨੂੰ ਟਰੱਕ ਕਹਿ ਰਹੇ ਸੀਗੇ, ਬੁਲਾਇਆ ਹੈਗਾ, ਬਾਹਰ ਕੱਢ ਰਹੇ ਹਾਂ ਨਾ ਸਮਾਨ, ਇਹ ਸਾਰਾ ਉਹਦੇ 'ਤੇ ਲੋਡ ਕਰਕੇ ਲੈ ਚੱਲਣੇ ਆਗੇ। ਅਤੇ ਇਹ ਜੀ ਟਰਾਲੀ ਟਰੈਕਟਰ ਹੈਗਾ, ਇਹਦੇ 'ਤੇ ਸਾਰਾ ਸਮਾਨ ਜਿਹਾ ਲੋਡ ਕਰਨਾ, ਇੱਕ ਵਾਰੀ ਚਲਾ ਜਾਣਾ ਅੰਮੀ ਜਾਣ ਇੱਥੇ ਸਾਰਾ। ਮੈਨੂੰ ਡਾਲੇ ਵਾਲਿਆਂ ਨਾਲ ਗੱਲ ਕਰ ਰਹੇ ਸੀ, ਮੈਂ ਕੀ ਪਤਾ ਡਾਲੇ ਵਾਲਿਆਂ ਨਾਲ ਹੀ ਲੈ ਜਾਣਾ। ਹਾਂ ਚਲੋ ਸਹੀ, ਇਹਦੇ 'ਤੇ ਇੱਕ ਆਸਾਨੀ ਨਾਲ ਚਲਾ ਜਾਵੇ। ਅਤੇ ਮਾਸ਼ਾਅੱਲਾ ਉਸਮਾਨ ਵੀ ਇੱਥੇ ਸੋ ਰਿਹਾ ਹੈਗਾ, ਹੈ ਉਸਮਾਨ, ਅੱਜ ਤਾਂ ਮਾਸ਼ਾਅੱਲਾ ਤਬੀਅਤ ਦੀ ਚੋਣ ਹੈਗੀ ਪਹਿਲੇ ਨਾਲੋਂ। ਇਹਨਾਂ ਤੁਸੀਂ ਸ੍ਰੀ ਲੈਂਕ ਰੋਜ਼ਾਨਾ ਖਿਲਾਇਆ ਕਰੋ ਜਿਤਨਾ ਹੋ ਸਕੇ, ਨਹੀਂ ਇਹਨੂੰ ਜਿਤਨਾ ਹੋ ਸਕੇ ਨਾ ਚਾਹੇ ਪਾਣੀ ਦੀ ਜਗ੍ਹਾ 'ਤੇ, ਹਾਂ ਆਹਿਸਤਾ ਆਹਿਸਤਾ ਆਦਤ ਫਿਰ ਬਣ ਜਾਵੇ। ਚਲੋ ਲੈ ਚਲੋ, ਅਤੇ ਟਰਾਲੀ ਉੱਥੋਂ ਬੈਕ ਕਰਾ ਕੇ ਖਾਲੂ ਲੈ ਆਉਂਦਾ ਹੈਗਾ, ਇੱਥੇ ਲਿਆ ਕੇ ਬੈਕ ਲਾਉਣੀ ਹੈਗੀ, ਇੱਥੋਂ ਫਿਰ ਸਾਰਾ ਸਮਾਨ ਜਿਹਾ ਉਹਦੇ 'ਤੇ ਲੋਡ ਕਰਨਾ ਪੈਣਾ ਹੈਗਾ। ਸਮਾਨ ਸਿਰਫ ਇਹ ਹੀ ਨਹੀਂ ਪਿਆ ਹੈਗਾ, ਹਾਲੇ ਤੱਕ ਅੰਦਰ ਹੀ ਕੋਈ ਸਮਾਨ ਪਿਆ ਹੈਗਾ, ਇਹ ਤਾਂ ਛੋਟੀਆਂ ਮੋਟੀ ਚੀਜ਼ਾਂ ਸੀ ਜੇ ਕੱਢੀਆਂ ਨੇਗੀਆਂ ਬਾਹਰ, ਉਹਨਾਂ ਨੇ ਪਟੋਲੀ ਵਗੈਰਾ ਆਪਣੀ ਕੱਢੀ ਆ। ਇਸ ਵਾਰੀ ਖਾਲਾ ਜਾਣ ਔਰ ਗੰਦਮ ਹੀ ਨਹੀਂ ਹੈਗੀ ਘਰ ਲਈ ਨਾ, ਕਿਉਂਕਿ ਜਿਹੜੀ ਇਹਨਾਂ ਨੂੰ ਗੰਦਮ ਮਿਲਣੀ ਸੀ ਇਹਨਾਂ ਕੋਲੋਂ ਕੰਮ ਕਰਨ ਦੀ, ਇਹਨਾਂ ਨੇ ਪਹਿਲੇ ਹੀ ਕੰਮ ਤੋਂ ਕੱਢ ਤਾ ਸੀਗਾ, ਅੱਗੇ ਹਰ ਸਾਲ ਇਹਨਾਂ ਨੂੰ 12 ਮਣ ਗੰਦਮ ਦੇ ਦਿੰਦੇ ਹੁੰਦੇ ਸੀ, ਹਾਲੇ ਤੱਕ ਇਹਨਾਂ ਨੂੰ ਗੰਦਮ ਮਿਲਣੀ ਹੈਗੀ। ਵੈਸੇ ਜਿਹੜੀ ਦੰਦ ਦੱਸਿਆ ਸੀ ਕਟਾਈ ਵਗੈਰਾ ਇਹਨਾਂ ਨੇ ਗੰਦਮ ਦੀ ਕੀਤੀ ਹੈਗੀ, ਉਧਰੋਂ ਇਸੇ 'ਚ ਹੁਣ ਪਤਾ ਨਹੀਂ ਇਹਨਾਂ ਨੂੰ ਕਿਤਨੀ ਆਉਂਦੀ, ਕਿਉਂਕਿ ਐਂਡ 'ਤੇ ਹੀ ਰਲੇ ਸੀਗੇ। ਅਤੇ ਬਾਕੀ ਇਹ ਕੁਛ ਅੱਧੇ ਅੰਦਰ ਪਿਆ ਹੈਗਾ, ਇਹ ਹੀ ਸਾਰਾ ਸਮਾਨ ਜਿਹਾ ਕੱਢ ਕੇ ਟਰਾਲੀ 'ਤੇ ਲੋਡ ਕਰਨਾ, ਮੈਂ ਇਹਦੇ ਸਾਰਾ ਲੋਡ ਹੋ ਜਾਵੇਗਾ, ਇਹਦੇ ਬਰਤਨ ਵਗੈਰਾ ਨੇ ਜੇ ਸਾਰੇ ਪੇਟੀਆਂ 'ਚੋਂ ਕੱਢਣੇ ਪੈਂਦੇ ਨੇ, ਐਵੇਂ ਜਿਵੇਂ ਹੀ ਹੈਗਾ ਸਾਰਾ ਨਾ ਲੋਡ ਕਰਾਉਣਾ ਹੈਗਾ। ਅਤੇ ਸਮਾਨ ਜੀ ਉੱਥੇ ਜਾ ਕੇ ਇਹਦੇ 'ਤੇ ਲੋਡ ਕਰਨਾ ਪੈਣਾ, ਕਿਉਂਕਿ ਅੱਗੋਂ ਨਾਲ ਹੀ ਹੈਗੀ, ਅਤੇ ਪਟੋਲੀ ਜਿਹੜੀ ਪਹਿਲੇ ਲੈ ਗਏ ਆਂਗੇ ਉੱਥੇ ਚੱਲ ਕੇ ਰੱਖ ਲਈਏ, ਇਹਦੇ ਵਿੱਚ ਬਾਕੀ ਛੋਟੀ ਮੋਟੀ ਚੀਜ਼ਾਂ ਪਾ ਲੈਂਦੇ ਹਾਂ, ਜਿਵੇਂ ਕਿ ਛਾਪਰ ਵਗੈਰਾ ਪਏ ਨੇਗੇ, ਇੱਧਰ ਕਟੋਰੀਆਂ ਬਣੀਆਂ ਹੋਈਆਂ ਸਾਰੀਆਂ ਜਿਹੜੀਆਂ ਨਾ ਪਟੋਲੀ ਦੇ ਵਿੱਚ ਪਾ ਲਵਾਂਗੇ, ਅਤੇ ਜਿਹੜੀਆਂ ਅੰਦਰ ਪਈਆਂ ਨੇਗੀਆਂ ਪੇਟੀਆਂ
ਉਹ ਪੇਟੀਆਂ ਐਵੇਂ ਹੀ ਚੱਕ ਕੇ ਰੱਖ ਲਵਾਂਗੇ, ਜੇ ਬਰਤਨ ਵਗੈਰਾ ਨਹੀਂ ਉਹਨਾਂ 'ਚੋਂ ਕੱਢਣੇ ਹੀ ਪੈਣ ਤੋਂ ਬਾਅਦ 'ਚ ਉਹਨਾਂ 'ਚ ਪਾ ਕੇ ਰੱਖ ਲਵਾਂਗੇ, ਫਿਰ ਟੁੱਟ ਵੱਜ ਨਹੀਂ ਹੋਵੇਗੀ। ਅਤੇ ਇੱਥੇ ਹੀ ਸਾਰਾ ਸਮਾਨ ਲਿਆ ਕੇ ਲੋਡ ਕਰਨਾ ਪੈ ਰਿਹਾ ਹੈਗਾ, ਕਿਉਂਕਿ ਤੁਹਾਨੂੰ ਦੱਸਿਆ ਨਾ ਅੱਗੇ ਨਾਲ ਹੀ ਹੈ, ਫਿਰ ਇੱਥੇ ਫਸ ਜਾਵੇਗੀ ਟਰਾਲੀ। ਚੱਲਦੇ ਹਾਂ ਹੁਣ ਚੱਕ ਲਿਆਉਂਦੇ ਹੈਗੇ ਸਾਰੀ ਕੁਰਸੀਆਂ ਵਗੈਰਾ ਜੇ ਪਈਆਂ ਨਹੀਂ ਆ, ਫਿਰ ਵੱਡੀ ਵੱਡੀ ਚੀਜ਼ ਅੰਦਰ ਪਈਆਂ ਬਾਅਦ ਚੱਕਣੇ ਆ। ਅਤੇ ਯਾਰ ਜਿਹਾ ਸ਼ੋਕੇਸ ਹੈਗਾ ਕੱਢ ਕੇ ਅਤੇ ਪਹਿਲੇ ਬਾਹਰ ਰੱਖਣੇ ਆਵਾਂਗੇ, ਅਤੇ ਜਿਹੜੀਆਂ ਪੇਟੀਆਂ ਨੇਗੀਆਂ ਦੋ ਉਹ ਥੱਲੇ ਲੋਡ ਕਰਕੇ ਨਾ ਉਹਨਾਂ ਦੇ ਉੱਤੇ ਫਿਰ ਇਹ ਰੱਖ ਦੇਵਾਂਗੇ। ਪਹਿਲੇ ਬੈਕ ਸਾਈਡ 'ਤੇ ਨਾ ਪੇਟੀਆਂ ਲੋਡ ਕਰ ਲਈ, ਕਿਉਂਕਿ ਸਾਰੀ ਟਰਾਲੀ ਤੋਂ ਮਲਿੰਦੀ ਜਾ ਰਹੀ ਸਮਾਨ ਨਾ। ਅਤੇ ਇੱਥੇ ਬੈੱਡ ਹੀ ਬਾਹਰ ਕੱਢ ਕੇ ਰੱਖਤਾ, ਬਾਕੀ ਰਹਿ ਗਈ ਹੁਣ ਅੰਦਰ ਪੇਟੀਆਂ ਅਤੇ ਇਹ ਕੁਛ ਜਿਹਾ ਸਮਾਨ ਪਿਆ ਗਿਆ ਸਾਰਾ ਕੱਢਣੇ ਆ ਗਏ ਹੁਣ ਫਿਰ ਬਾਹਰ। ਅਤੇ ਪੇਟੀ ਆ ਸੱਦੇ ਨੇਗੇ ਤਿੰਨ ਚਾਰ ਹੋਰ ਬੰਦੇ ਇੱਥੋਂ ਚੁਕਾ ਕੇ ਨਾਲ ਉਹਨਾਂ ਨੇ ਚੁਕਵਾਈ ਹੈਗੀ ਅਤੇ ਲੋਡ ਕਰ ਰਹੇ ਨੇ ਪੇਟੀਆਂ ਇਹਦੀ ਪਿਛਲੀ ਸਾਈਡ 'ਤੇ। ਬਾਕੀ ਬੈੱਡ ਵਗੈਰਾ ਜਿਹੜੇ ਨਾ ਇਹਦੇ ਉੱਤੇ ਲੋਡ ਕਰਨ ਲੱਗਿਆ, ਪਿੱਛੇ ਦੋ ਪੇਟੀਆਂ ਵੀ ਰੱਖ ਲਈਆਂ ਨੇਗੀਆਂ, ਸਾਰਾ ਸਮਾਨ ਐਵੇਂ ਹੀ ਲੋਡ ਕਰਕੇ ਲੈ ਜਾਣਾ। ਅਤੇ ਇੱਥੇ ਹੀ ਖਾਲਾਂ ਜਾਣ ਔਰ ਆਪਣਾ ਜਿਹਾ ਬਾਲਣ ਜਮ੍ਹਾਂ ਕਰਕੇ ਰੱਖਿਆ ਹੋਇਆ ਨਾ, ਇਹ ਸਾਰੀਆਂ ਥਾਪੀਆਂ ਇਹਨਾਂ ਨੇ ਜਮ੍ਹਾਂ ਕਰਕੇ ਰੱਖੀਆਂ ਸੀ, ਇਹ ਵੀ ਜਿਹੜਾ ਨਾ ਇਹਦੇ ਵਿੱਚ ਬੋਰਿਆਂ ਦੇ ਭਰ ਕੇ ਉੱਤੇ ਲੋਡ ਕਰਕੇ ਲੈ ਜਾਵਾਂਗੇ। ਇਹ ਬਾਅਦ ਇਹ ਦੂਸਰਾ ਫੇਰਾ ਕਹਿ ਰਹੇ ਟਰਾਲੀ ਦਾ ਬਣਨਾ ਹੈ। ਚਲੋ ਕੋਈ ਨਾ, ਉੱਤਾਂ ਤੱਕ ਤੁਸੀਂ ਸਾਰਾ ਇਕੱਠਾ ਕਰੋ ਨਾ, ਉਹ ਚੱਲ ਕੇ ਅਨਲੋਡ ਕਰ ਲੈਣੇ ਉੱਤੇ ਹੋਰ ਸਮਾਨ ਲਾ ਦੇ ਕੇ। ਅਤੇ ਸਮਾਨ ਦੀ ਜੀ ਟਰਾਲੀ ਪੂਰੀ ਲੋਡ ਕਰ ਲਈ ਹੈਗੀ, ਅਤੇ ਹੁਣ ਫਿਰ ਘਰ ਦੀ ਕੁਛ ਇਹ ਸੂਰਤ ਹਾਲ ਹੈਗੀ, ਹਾਲੇ ਤੱਕ ਜਿਹਾ ਸਮਾਨ ਪਿਆ ਨਾ ਕੁਛ ਅੰਦਰ ਦੀ ਹੈ ਸੂਰਤ ਹਾਲ, ਜੇ ਚੀਜ਼ਾਂ ਕੋਈ ਪਈਆਂ ਨੇਗੀਆਂ ਇਹ ਵੀ ਦੂਸਰੇ ਫੇਰੇ ਚੱਕ ਕੇ ਲੈ ਜਾਵਾਂਗੇ, ਅਤੇ ਟਰਾਲੀ ਲੈ ਕੇ ਨਿਕਲ ਪਏ ਨੇਗੇ ਨਾਲ, ਮੈਂ ਵੀ ਚੱਲਣਾ, ਉਹ ਸਾਹਮਣੇ ਆਰਾਮ ਆਰਾਮ ਨਾਲ ਜਾ ਰਹੇ ਨੇ। ਉੱਥੇ ਚੱਲ ਕੇ ਜਿਹੜਾ ਟਰਾਲੀ 'ਤੇ ਲੋਡ ਕੀਤਾ ਹੈਗਾ ਸਮਾਨ ਅਨਲੋਡ ਕਰਾਉਣਾ ਹੈਗਾ, ਤਾਂ ਫਿਰ ਆ ਕੇ ਜਿਹੜਾ ਇਹ ਸਮਾਨ ਕੋਈ ਬਚਿਆ ਕੁਚਿਆ ਪਿਆ ਇਹ ਵੀ ਲੋਡ ਕਰਨਾ। ਵੈਸੇ ਤਾਂ ਸੂਰਜ ਗਰੂਬ ਹੋ ਗਿਆ ਸੀ, ਆਹ ਦੇਖੋ ਰਾਤ ਹੋ ਜਾਣੀ ਵਾਪਸੀ 'ਤੇ, ਲੇਕਿਨ ਦੇਖਣੇ ਆ ਇਨਸ਼ਾਅੱਲਾ ਆ ਕੇ ਫਿਰ ਇਹ ਉਦਣ ਟਾਈਮ ਤੱਕ ਖਾਲਾਂ ਜਿਹੜੀਆਂ ਥਾਪੀਆਂ ਇਕੱਠੀ ਕਰ ਲਿਆ, ਮਜ਼ਾ ਨਹੀਂ ਨਾਲੇ ਚਲੇ ਜਾਂਦੀ। ਚਲੋ ਉੱਥੇ ਚਲੋ ਜੀ, ਆਰਾਮ 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 ਨਾਲ ਜੀ ਚੱਲਦੇ ਆਂਗੇ। ਵੈਸੇ ਠੰਡਾ ਠੰਡਾ ਟਾਈਮ ਹੈ, ਹੁਣ ਕੰਮ ਕਰਨ ਆਸਾਨੀ ਹੋਵੇਗੀ। ਮਾਸ਼ਾਅੱਲਾ ਸੂਰਜ ਦੇਖੋ ਕਿਤਨਾ ਬਿਊਟੀਫੁੱਲ ਲੱਗ ਰਿਹਾ ਹੈਗਾ, ਅੱਜ ਸੂਰਜ ਜਿਹਾ ਨਾ ਕਲਰ ਲਾਲ ਲਾਲ ਬਹੁਤ ਪਿਆਰਾ ਲੱਗ ਰਿਹਾ ਮਾਸ਼ਾਅੱਲਾ। ਕਿਆ ਬਾਤ ਹੈ ਜੀ, ਅੱਲਾਹ ਪਾਕ ਦੀ ਕੁਦਰਤ ਮਾਸ਼ਾਅੱਲਾ ਜੀ, ਬਿਊਟੀਫੁੱਲ ਵਿਊ, ਕਿਆ ਬਾਤ ਹੈ। ਅਤੇ ਇੱਥੇ ਹੀ ਅੱਗੇ ਆ ਗਿਆ ਆ ਗਿਆ, ਬਾਕੀ ਸਾਲੂ ਕੋਲ ਚਾਬੀ ਹੈਗੀ ਘਰ ਦੀ, ਆ ਜਾਂਦੇ ਨੇ ਸਮਾਨ ਲੈ ਕੇ ਅਤੇ ਫਿਰ ਘੁੰਮਣੇ ਦਰਵਾਜ਼ਾ ਲਾਹੁੰਦੇ ਹਾਂ ਸਮਾਨ। ਅਤੇ ਆਈ ਆਵਾਂਗੇ ਅਤੇ ਸੂਰਜ ਮੁਕੰਮਲ ਗਰੂਬ ਹੋ ਗਿਆ, ਜਦੋਂ ਪਿੰਡ ਇੰਟਰ ਹੋ ਰਹੇ ਸੀ ਨਾ ਉਦੋਂ ਦੇਖ ਲਓ ਕਿਤਨਾ ਪਿਆਰਾ ਲੱਗ ਰਿਹਾ ਸੀ ਸੂਰਜ, ਇਤਨਾ ਟਾਈਮ ਹੁੰਦਾ ਹੈਗਾ ਲਾਸਟ ਜਦੋਂ ਸੂਰਜ ਗਰੂਬ ਹੋਣ ਲੱਗਦਾ ਨਾ ਬਸ ਉਹਨੂੰ। ਅਤੇ ਘਰ ਦੀ ਕੁਛ ਇਹ ਸੂਰਤ ਹਾਲ ਹੋਈ ਵੀ ਅੰਦਰੋਂ, ਹਾਲੇ ਤੱਕ ਹੁਣ ਸਾਫ਼ ਸਫਾਈਆਂ ਕਰਨਗੇ ਖਾਣਾ ਹੋਣੀ, ਜੋ ਹੁਣ ਪੱਕਾ ਪੱਕਾ ਉਹਨਾਂ ਨੇ ਇੱਥੇ ਹੀ ਆ ਜਾਣਾ ਹੈਗਾ, ਸਾਰਾ ਸਮਾਨ ਲੈ ਆਵਣਗੇ। ਅਗਰ ਉਹਨਾਂ ਨੇ ਮਲਬਾ ਉਤਲਾ ਪੱਟਣ ਦਿੱਤਾ ਤਾਂ ਉਹ ਵੀ ਪੱਟ ਲਵਣਗੇ, ਕਿਉਂਕਿ ਵੈਸੇ ਤਾਂ ਇਹਨਾਂ ਦਾ ਹੀ ਹੈਗਾ, ਲੇਕਿਨ ਪਤਾ ਨਹੀਂ ਉਹਨੂੰ ਕੀ ਕਹਿੰਦੇ ਨੇ, ਜੇ ਰੌਲਾ ਵਗੈਰਾ ਨਾ ਬਣਿਆ ਸੀ ਤਾਂ ਹੀ ਚਾਹੁੰਦੇ ਆਗੇ ਉਹ ਆਪਣਾ ਬਾਇਜ਼ਤ ਇੱਥੇ ਆ ਜਾਵਣ। ਅਤੇ ਬਾਕੀ ਇਹ ਕਮਰੇ ਦੀ ਸਾਈਡਾਂ ਤੋਂ ਲਿਪਾਈ ਵਗੈਰਾ ਕੀਤੀ ਸੀ ਖਾਲਾਂ ਜਾਣ ਨੇ, ਇਹ ਦੀਵਾਰ ਦੇਖੋ ਨਾ ਲਿਬਾਈ ਜਾਂਦੀ ਹੋ ਗਈ ਹੈਗੀ, ਅਤੇ ਮਾਸ਼ਾਅੱਲਾ ਪਿਆਰੀ ਲੱਗ ਰਹੀ ਛੱਤ ਦੇ ਉੱਤੇ, ਉਦੋਂ ਮਿੱਟੀ ਸਟਵਾ ਕੇ ਸਮੇਂ ਲੱਗਦਾ ਛੱਤ ਦੇ ਉੱਤੋਂ ਲਿਬਾਈ ਹੋ ਗਈ, ਤਾਂ ਅੱਗੇ ਆਈਟਾਂ ਵਗੈਰਾ ਲੱਗੀਆਂ ਹੋਈਆਂ ਨੇਗੀਆਂ, ਅੰਦਰ ਮੰਜੇ ਵਗੈਰਾ ਲਿਆ ਕੇ ਰੱਖੇ ਹੋਏ ਨੇ ਖਾਲਾਂ ਜਾਣ ਉਹਨਾਂ ਨੇ, ਅਤੇ ਇਹਦੀ ਅੱਗੋਂ ਲਿਪਾਈ ਕਰਨਗੇ ਮੁਕੰਮਲ। ਅਤੇ ਕਮਰੇ ਦੀ ਛੱਤ ਵੀ ਉੱਤੋਂ ਨਾ ਲਿਪਾਈ ਹੋ ਗਈ ਹੋਈ ਹੈਗੀ, ਦੇਖੋ ਹੁਣ ਇਹਨੂੰ ਕੋਈ ਖਤਰਾ ਨਹੀਂ ਹੈਗਾ, ਜਿਵੇਂ ਕਿ ਥੱਲੇ ਚੋਵੇਗਾ ਨਾ ਪਾਣੀ ਵਗੈਰਾ ਪਵਣ ਦਾ, ਥੱਲੇ ਕੋਈ ਖਤਰਾ ਨਹੀਂ, ਕਿਉਂਕਿ ਥੱਲੇ ਅੱਛੀ ਖਾਸੀ ਮਿੱਟੀ ਪਾਈ ਸੀ, ਪਰ ਨਾਲਾ ਵੀ ਪਰਲੀ ਸਾਈਡ 'ਤੇ ਲੱਗ ਗਿਆ ਹੈਗਾ, ਬਨੇਲਾ ਵੀ ਇਹਦਾ ਬਣ ਗਿਆ, ਹੁਣ ਅੱਗੋਂ ਇਹਨਾਂ ਲਿੰਬ ਕੇ ਬਰਾਬਰ ਕਰ ਲਵਣਗੇ ਸਾਰਾ।
ਇਸੇ ਤਾਂ ਅਚਾਨਕ ਨਾ ਮੌਸਮ ਦੀ ਕਾਫੀ ਖਰਾਬ ਹੋਇਆ ਖੜਾ ਹੈਗਾ, ਇਸ ਸਾਈਡ ਤੋਂ ਨਾ ਬੱਦਲ ਬੱਦਲ ਜੇ ਬਣ ਰਹੇ, ਤਾਂ ਇਤਨਾ ਪਿਆਰਾ ਲੱਗ ਰਿਹਾ ਸੀਗਾ ਸੂਰਜ, ਦੇਖੋ ਨਾ ਕਾਲੇ ਕਾਲੇ ਬੱਦਲ ਅਤੇ ਆਵਾਜ਼ਾਂ ਆ ਰਹੀਆਂ ਨੇ ਬੱਦਲ ਗੱਜਣ ਦੀਆਂ। ਅਤੇ ਉਦੋਂ ਕੁਰਬਾਨੀ ਦਾ ਸੀਜ਼ਨ ਹੈ, ਉਹ ਸਾਹਮਣੇ ਕੋਈ ਵਪਾਰੀ ਆਏ ਨੇ ਬੱਕਰੇ ਖਰੀਦਣ ਲਈ, ਤਾਂ ਬੱਕਰੇ ਚੈੱਕ ਕਰ ਰਹੇ ਨੇ ਮਾਸ਼ਾਅੱਲਾ, ਬੱਕਰੇ ਤਾਂ ਬੜੇ ਪਿਆਰੇ ਖੜ੍ਹੇ ਨੇ ਇਹਨਾਂ ਕੋਲ, ਉਹ ਦੇਖੋ ਨਾ ਉਹ ਸਾਹਮਣੇ। ਅਤੇ ਟਰਾਲੀ ਵੀ ਆ ਗਈ ਹੈਗੀ, ਬਸ ਇੱਥੇ ਸਮਾਨ ਜਿਹੜਾ ਨਾ ਉਹਨਾਂ ਅਨਲੋਡ ਕਰਾਈਏ, ਅਤੇ ਸਮਾਨ ਵਾਲੀ ਟਰਾਲੀ ਜੀ ਆ ਗਈ, ਸਾਰਾ ਸਮਾਨ ਜੋ ਉਹਨਾਂ ਦੇ ਅਨਲੋਡ ਕਰੀਏ। ਜਿਹੜੀਆਂ ਚੀਜ਼ਾਂ ਨੇਗੀਆਂ ਪਹਿਲੇ ਤਾਂ ਗਿੱਲੀਆਂ ਹੋਣਾ, ਅੰਦਰ ਹੀ ਰੱਖਣੀਆਂ ਨੇ, ਕਿਉਂਕਿ ਸਾਰਾ ਸਮਾਨ ਹੀ ਅੰਦਰ ਰੱਖੀਏ ਇੱਕ ਵਾਰੀ। ਸਮਾਨ ਜੀ ਲਾਉਣਾ ਸ਼ੁਰੂ ਕਰਤਾ ਹੈਗਾ, ਤਿੰਨ ਤਰਤੀਬ ਨਾਲ ਅੰਦਰ ਹੀ ਫਿਰ ਜੋੜ ਕੇ ਰੱਖਣਾ। ਹੁਣ ਦੇਖਣੇ ਆ ਨਾ, ਪਹਿਲੇ ਤਾਂ ਏਅਰ ਕੂਲਰ ਲਾ ਕੇ ਇੱਥੇ ਰੱਖਿਆ ਹੈਗਾ, ਏਸ਼ੀਆ ਵਾਲਿਆਂ ਦੇ ਏਅਰ ਕੂਲਰ ਹੈਗਾ, ਬੜਾ ਪੁਰਾਣਾ ਹੈ ਬਾਈ ਸਾਹਿਬ, ਇਹ ਇਸਤੇਮਾਲ ਵੀ ਨਹੀਂ ਖਾਲਾਂ ਹੋਰੀ ਕਰਦੇ ਨੇ, ਹਾਲਾਂਕਿ ਚੀਜ਼ ਬੜੀ ਹੈਵੀ ਹੈਗੀ। ਜਿਵੇਂ ਹੁਣ ਗਰਮੀਆਂ ਨੇ ਨਾ, ਉੱਥੇ ਚਲਾਇਆ ਹੁੰਦਾ ਨਾ, ਇੱਥੇ ਤਾਂ ਬਿਜਲੀ ਦਾ ਇੰਨਾ ਕੋਈ ਇੰਤਜ਼ਾਮ ਨਹੀਂ ਹੈਗਾ, ਉੱਥੇ ਬਿਜਲੀ ਸੀਗੀ ਤਾਂ ਉੱਥੇ ਇਸਤੇਮਾਲ ਹੀ ਨਹੀਂ ਇਹਨੂੰ ਕਰਦੇ ਸੀ, ਕਹਿੰਦੇ ਨੇ ਠੀਕ ਹੈਗਾ ਬਿਲਕੁਲ ਹੀ। ਇਹ ਦੇਖੋ ਨਾ ਤਾਰਾਂ ਵਗੈਰਾ ਉਵੇਂ ਹੀ ਇਹਦੀ ਵਿੱਚ ਕੁੰਝ ਕਿਉਂ ਨਾ ਰੱਖੀਆਂ ਹੋਈਆਂ ਨੇ, ਇਹਨਾਂ ਨੂੰ ਚਲਾਉਂਦੇ ਹੀ ਨਹੀਂ ਨੇਗੇ। ਮੌਸਮ ਬਹੁਤ ਜ਼ਿਆਦਾ ਖਰਾਬ ਹੋ ਰਿਹਾ ਹੈਗਾ, ਅਤੇ ਜਿਹੜੀ ਗਿੱਲੀਆਂ ਹੋਣ ਵਾਲੀਆਂ ਚੀਜ਼ਾਂ ਨੇ ਪਹਿਲੇ ਅੰਦਰ ਰੱਖਣ ਲੱਗਿਆ, ਉਸ ਬਾਅਦ ਫਿਰ ਦੇਖਣੇ। ਹਵਾ ਹੀ ਚੱਲਦੀ ਹੈਗੀ, ਹੁਣ ਤਾਂ ਠੰਡੀ ਠੰਡੀ ਹਵਾ ਚੱਲੀ ਹੋਈ ਹੈ, ਸਿਰਫ ਬਾਰਿਸ਼ ਨਹੀਂ ਪਹਿਲੇ ਆਂਧੀ ਆਉਣ ਲੱਗੀ ਹੈ, ਆਂਧੀ ਵੀ ਤਬਾਹੀ ਵਾਲੀ ਆਵੇਗੀ ਜਿਸ ਤਰ੍ਹਾਂ ਸਾਈਡ ਤੋਂ ਹੋਇਆ ਨਾ, ਲੱਗ ਰਿਹਾ ਪਤਾ ਵੀ ਜਾਣ, ਗੱਟਾ ਮਿੱਟੀ ਧੂਲ ਬਹੁਤ ਜ਼ਿਆਦਾ ਆਉਣਾ ਹੈਗਾ, ਅਤੇ 10 ਮਿੰਟਾਂ ਦੇ ਅੰਦਰ ਅੰਦਰ ਆਂਧੀ ਆਉਣ ਲੱਗੀ ਹੈ ਸਾਈਡ ਤੋਂ। ਆਹ ਦੇਖੋ ਉਹੀ ਹੋਇਆ ਜਾਂਦਾ ਡਰ ਸੀ, ਆਂਧੀ ਜਿਹੜੀ ਨਾ ਸ਼ੁਰੂ ਹੋ ਗਈ ਹੈਗੀ, ਹਾਲੇ ਤੱਕ 10 ਮਿੰਟ ਹੀ ਨਹੀਂ ਹੋਏ, ਮੈਂ ਇਹ ਗੱਲ ਕੀਤੀ ਸੀ ਕਿਉਂਕਿ ਸਾਈਡ ਤੋਂ ਨਾ ਜਿਵੇਂ ਸੂਰਤੇ ਹਾਲ ਬਣੀ ਖੜੀ ਸੀ, ਪਤਾ ਸੀ ਆਂਧੀ ਸ਼ੁਰੂ ਹੋ ਜਾਣੀ, ਹਾਲੇ ਮੱਠੀ ਮੱਠੀ ਹਵਾ ਜਲਦੀ ਜਲਦੀ ਇਹਨਾਂ ਸਮਾਨ ਲਾਈਏ ਜਿੰਨਾ ਲੈਂਦਾ। ਟਰਾਲੀ 'ਤੇ ਸਾਰਾ ਸਮਾਨ ਅਨਲੋਡ ਕਰ ਰਿਹਾ, ਸਿਰਫ ਬੈੱਡ ਦਾ ਗੱਦਾ ਰਹਿ ਗਿਆ ਹੈਗਾ, ਬਾਕੀ ਜਿਹੜੀਆਂ ਚੀਜ਼ਾਂ ਨੇਗੀਆਂ ਇਹ ਲੋਹੇ ਦੀਆਂ ਇੱਥੇ ਬਾਹਰ ਰੱਖਤੀਆਂ ਨੇਗੀਆਂ, ਕਿਉਂਕਿ ਅੰਦਰ ਫਿਰ ਰੱਖਦੇ ਰੱਖਦੇ ਕਾਫੀ ਟਾਈਮ ਲੱਗ ਗਿਆ, ਮੌਸਮ ਕਾਫੀ ਖਰਾਬ ਆ ਗਿਆ ਨਾ, ਅਤੇ ਅੰਦਰ ਤਰਤੀਬ ਨਾਲ ਚੀਜ਼ਾਂ ਰੱਖੀਆਂ ਉੱਤੇ ਥੱਲੇ ਸਿੱਟੀਆਂ ਨੇਗੀਆਂ, ਅਤੇ ਇਹ ਵੀ ਜਿਹੜਾ ਨਾ ਅੰਦਰ ਰੱਖ ਲੈਂਦੇ ਹਾਂਗੇ ਕਿ ਇਹ ਵੀ ਨਾ ਗਿੱਲਾ ਉਹ ਖਰਾਬ ਨਾ ਹੋ ਜਾਵੇ। ਅਤੇ ਅੰਦਰ ਜੀ ਕੁਛ ਇਹ ਸੂਰਤ ਹਾਲ ਹੈ, ਸਾਰੀਆਂ ਚੀਜ਼ਾਂ ਉੱਤੇ ਥੱਲੇ ਰੱਖੀਆਂ ਨੇ ਯਾਰਜੀ ਤੌਰ 'ਤੇ। ਮੰਜੇ ਨੇਗੇ, ਮੰਜਿਆਂ ਦੇ ਸੌ ਪੈ ਜਾਣ। ਅਤੇ ਹੁਣ ਜੀ ਫਿਰ ਵਾਪਸ ਚੱਲਣੇ ਆਗੇ, ਉੱਧਰੋਂ ਜਾ ਕੇ ਬਾਕੀ ਜਿਹਾ ਕੋਈ ਸਮਾਨ ਵਗੈਰਾ ਪਿਆ ਉਹ ਲੈ ਆਉਂਦੇ ਹਾਂਗੇ। ਗੱਟੇ ਮਿੱਟੀ ਨਾਲ ਪੂਰੀ ਹਾਲਤ ਹੋਈ ਪਈ, ਤਾਲੀ ਤੱਕ ਆਂਧੀ ਜਿਹੜੀ ਉਹ ਵੀ ਚੱਲੀ ਗਈ ਆ। ਆਂਧੀ ਚੱਲਣ ਨੇ ਜਿੰਨਾ ਹਾਲਤ ਹੀ ਬੁਰੀ ਹੋ ਗਈ, ਗੱਟੇ ਮਿੱਟੀ ਨਾਲ ਮੂੰਹ ਹੀ ਭਰਿਆ ਗਿਆ, ਸਾਰੇ ਕੱਪੜੇ ਸਾਰੇ ਖਰਾਬ ਹੋ ਗਏ ਨੇ। ਗੱਟਾ ਮਿੱਟੀ ਇਸ ਸਾਈਡ ਤੋਂ ਬਹੁਤ ਜ਼ਿਆਦਾ ਹੁੰਦਾ, ਜਿਵੇਂ ਕੱਚੇ ਰਸਤੇ ਨੇ ਨਾ, ਇਸ ਵਜ੍ਹਾ ਤੋਂ ਵਾਪਸ ਜੇ ਅਸੀਂ ਇੱਥੇ ਆ ਗਏ, ਬਾਕੀ ਸਮਾਨ ਕੋਈ ਬਚਿਆ ਹੈਗਾ ਉਹ ਵੀ ਲੈ ਚੱਲਦੇ ਹਾਂ ਲੋਡ ਕਰਕੇ ਟਰਾਲੀ, ਅਤੇ ਫਰਿੱਜ ਵੀ ਇੱਥੋਂ ਚੱਕ ਕੇ ਲਿਜਾ ਰਹੇ ਹਾਂਗੇ, ਬਾਕੀ ਜਿਹੜਾ ਨਾ ਸਮਾਨ ਉਹ ਦਿਓ, ਦੇਖੋ ਸਾਰਾ ਲੋਡ ਕਰ ਰਹੇ ਹਾਂਗੇ। ਰਾਤ ਵੀ ਹੋਣ ਲੱਗੀ ਹੈਗੀ, ਆਂਧੀ ਉਵੇਂ ਚੱਲੀ ਹੋਈ ਹੈਗੀ, ਅਤੇ ਮੌਸਮ ਵੀ ਕਾਫੀ ਖਰਾਬ ਹੋਇਆ, ਬਾਰਿਸ਼ ਵੀ ਆ ਸਕਦੀ ਹੈ। ਅਤੇ ਇਸੇ ਤਰ੍ਹਾਂ ਸਾਰਾ ਸਮਾਨ ਹਾਲੇ ਤੱਕ ਲੋਡ ਕਰਨਾ ਹੈਗਾ, ਜਿਹੜੀ ਥਾਪੀਆਂ ਵਗੈਰਾ ਕੱਢ ਕੇ ਰੱਖੀਆਂ ਨੇਗੀਆਂ ਹੋ ਗਿਆ, ਬਾਕੀ ਚੀਜ਼ਾਂ ਸਾਰੀਆਂ ਚੱਕ ਕੇ ਲਿਆ ਰਹਾਂਗੇ। ਬਾਕੀ ਜਿਹਦੇ ਨਾਲ ਟਰਾਲੀ 'ਚ ਸਮਾਨ ਲਿਆਂਦਾ ਸੀ ਲੱਦ ਲਿਆ, ਇੱਥੇ ਘਰ 'ਚ ਥਾਪੀਆਂ ਖਾਲਣ ਜਮ੍ਹਾਂ ਕਰਕੇ ਰੱਖੀਆਂ, ਕੋਈ ਥਾਪੀਆਂ ਰਹਿ ਗਈਆਂ ਨੇ ਕੋਈ ਇੱਦਾਂ ਨਾ, ਬਾਕੀ ਉਹ ਵੀ ਥਾਪੀਆਂ ਦੀ ਬੋਰੀਆਂ ਭਰੀਆਂ ਹੋਈਆਂ ਪਈਆਂ ਨੇਗੀਆਂ। ਦਰਵਾਜ਼ਾ ਜਿਹੜਾ ਇਹਦਾ ਲੱਤ ਹੈ, ਇਹਦੇ ਅੰਦਰ ਵਾਸਤਾ ਕੋਈ LCD ਵਗੈਰਾ ਹੀ ਖੜ੍ਹੀ ਹੈਗੀ, ਬਾਕੀ ਜਿਹੜਾ ਨਾ ਸਮਾਨ ਸੀ ਵਧਣੀ ਉਹ ਲੋਡ ਕਰ ਲਿਆ ਹੈਗਾ, ਟਰਾਲੀ ਸਾਹਮਣੇ ਲੋਡ ਹੋਈ ਖੜ੍ਹੀ ਹੈਗੀ, ਉਹ ਸਾਹਮਣੇ ਖੜ੍ਹੀ।
ਤੇ ਅਸੀਂ ਵੀ ਨਿਕਲਣ ਲੱਗਿਆ ਸੀ, ਹੁਣ ਘਰ ਚਲੇ ਜਾਣਾ ਹੈਗਾ ਤੇ ਖਾਲੂ ਦੇ ਕਜ਼ਨ ਆਏ ਨੇਗੇ, ਉਹਨਾਂ ਨੂੰ ਸਾਰਾ ਸਮਾਨ ਅਨਲੋਡ ਕਰਾ ਦੇਣਗੇ, ਚਾਰ ਪੰਜ ਜਣੇ ਨੇਗੇ, ਅਸੀਂ ਹੁਣ ਘਰ ਚੱਲਣੇ ਹਾਂ ਫਿਰ। ਚਲੋ ਜੀ, ਦਰਵਾਜ਼ਾ ਬੰਦ ਕਰਨੇ ਆ, ਬਾਕੀ ਸਮਾਨ ਜੇ ਸੁਬਾਹ ਆ ਕੇ ਹੁਣ ਚੱਕ ਲਵਾਂਗੇ ਖਾਲੂ ਹੁਣ। ਇਸ ਸਾਈਡ ਤੇ ਟਰਾਲੀ ਪੂਰੀ ਲੋਡ ਹੋਈ ਖੜੀ ਹੈਗੀ ਸਮਾਨ ਦੀ, ਲੱਕੜਾਂ ਵਗੈਰਾ ਸਾਰਾ ਕੁਛ ਹੀ ਹੈਗਾ। ਤੇ ਜੀ ਅੱਗੇ ਅੱਗੇ ਸਮਾਨ ਵਾਲੀ ਟਰਾਲੀ ਜਾ ਰਹੀ ਹੈਗੀ, ਅਸੀਂ ਹੁਣ ਨਿਕਲ ਜਾਂਦੇ ਹਾਂ ਅੱਗੇ ਘਰ ਨੂੰ ਤੇ ਇਹ ਉੱਥੇ ਫਿਰ ਅਨਲੋਡ ਕਰ ਲਵਣਗੇ ਲੋਡ। ਵੈਲਕਮ ਬੈਕ ਜੀ, ਵਾਪਸ ਘਰ ਅਸੀਂ ਆ ਗਏ ਸੀਗੇ, ਕਾਫੀ ਟਾਈਮ ਹੋ ਗਿਆ ਹੋਇਆ ਹੈਗਾ ਤੇ ਘਰ ਆਇਆ ਹੈਗੇ ਤੇ ਪਤਾ ਚੱਲਿਆ ਕਿ ਲੱਕੜਾਂ ਵੀ ਗਰਮ ਨਹੀਂ ਸੀਗੀਆਂ, ਸਾਨੂੰ ਤਾਂ ਯਾਦ ਹੀ ਨਹੀਂ ਰਿਹਾ ਹੈਗਾ, ਨਹੀਂ ਤਾਂ ਖਾਲਾਂ ਕੋਲ ਨਾ ਥਾਪੀਆਂ ਚੱਕੀ ਲਿਆਉਂਦੇ, ਉਹ ਬੋਰੀ ਭਰ ਕੇ ਲਈ ਜਾਂਦੇ ਨੇ, ਉਹਦਾ ਤਾਂ ਗੁਜ਼ਾਰਾ ਹੋ ਜਾਣਾ ਸੀ। ਫਿਰ ਘਰ ਕੋਲ ਸਿਲੰਡਰ ਦੇ ਗੈਸ ਪਿਆ ਸੀ ਜਿਹੜੇ ਤੇ ਕੱਲ੍ਹ ਸੈਕਿੰਡ ਟਾਈਮ ਸੀ, ਦੇਖੋ ਹੁਣ ਪਹਿਲਾਂ ਵੀ ਲਾ ਕੇ ਫਿਸ਼ ਫਰਾਈ ਕੀਤੀ ਸੀਗੀ ਅਤੇ ਉਹ ਸਿਲੰਡਰ ਵਗੈਰਾ ਫਿਰ ਮੈਂ ਕਾਸਤਾ ਆਇਸ਼ਾ ਨੂੰ ਅਤੇ ਉਹਨੇ ਖਾਣਾ ਵਗੈਰਾ ਬਣਾਇਆ ਹੈਗਾ ਅਤੇ ਉਹ ਖਾਣਾ ਖਾਇਆ। ਅਤੇ ਉੱਧਰੋਂ ਅੱਜ ਦੁਪਹਿਰ ਟਾਈਮ ਅਸੀਂ ਜਦੋਂ ਗਏ ਸੀ ਨਾ ਖਾਲਾਂ ਵਾਲਾ, ਉਸ ਤੋਂ ਪਹਿਲੇ ਸਾਡਾ ਸ਼ਹਿਰ ਚੱਕਰ ਲੱਗਿਆ ਸੀ ਤਾਂ ਅਸੀਂ ਨਾ ਕੁਛ ਸਮਾਨ ਹੀ ਲਾਇਆ ਸੀ, ਜਾਂ ਸ਼ੋਪ ਦਾ ਮੇਨ ਆ ਸਾਡੇ ਕੋਲ ਜਿੰਨੀ ਗੁੰਜਾਇਸ਼ ਹੋਈ ਉਹ ਅਸੀਂ ਲਾਇਆ ਸੀਗੇ, ਦੋ ਕੋਈ ਆ ਗੁਰਸਪਤੀਆਂ ਦੇ, ਬਾਕੀ ਇਹ ਸਾਬਣ ਨੇਗੇ ਬਰਤਨ ਧੋਣ ਵਾਲੇ, ਅਤੇ ਇਹ ਸਰਫ, ਅਤੇ ਇੱਧਰ ਆ ਗਈਆਂ ਜੀ ਸ਼ੈਂਪੂ ਵਗੈਰਾ ਜਿਹੜੇ ਨੇ ਨਾ, ਇਹ ਘਰ ਦੀਆਂ ਜ਼ਰੂਰ ਯਾਦ ਦੀਆਂ ਵੀ ਚੀਜ਼ਾਂ ਸੀਗੀਆਂ ਅਤੇ ਉਸ ਤੋਂ ਅੱਡ ਕੇ ਮਹੱਲੇਦਾਰ ਜਿਹੜੇ ਨੇਗੇ ਉਹਨਾਂ ਨੇ ਇਹਨਾਂ ਚੀਜ਼ਾਂ ਦੀ ਬੜੀ ਮਥਾਜੀ ਸੀ, ਬਾਕੀ ਚੀਨੀ ਵਗੈਰਾ ਹੈਗਾ ਸਾਰਾ ਸਮਾਨ ਹੀ ਜਿਹੜੇ ਨੇ ਖਤਮ ਹੋ ਗਿਆ ਹੋਇਆ, ਕੋਈ ਨਹੀਂ ਇਨਸ਼ਾ ਅੱਲਾਹ ਤਾਲਾ ਇਹ ਸਾਰੀ ਸ਼ੋਪ ਜਿਹੜੀ ਹੈ ਅੱਗੇ ਹੀ ਜ਼ਰਾ ਭਰ ਲਵਾਂਗੇ, ਬਸ ਹੀ ਦੁਆ ਕਰਦੇ ਰਿਹਾ ਕਰੋ। ਮੇਰੀ ਲੱਤ ਨੂੰ ਅੱਜ ਦਰਦ ਬਹੁਤ ਜ਼ਿਆਦਾ ਹੋ ਰਿਹਾ ਹੈਗਾ, ਮੈਂ ਹਾਲਾਂਕਿ ਉੱਥੋਂ ਨਿਕਲਿਆ ਨਾ ਦਰਦ ਇਤਨਾ ਜ਼ਿਆਦਾ ਸੀ, ਮੇਰਾ ਦਿਲ ਹੀ ਨਹੀਂ ਕੀਤਾ ਵਲਾਗ ਬਣਾਉਣ ਨੂੰ, ਇਹ ਸੋਹਣਾ ਆ ਮੈਂ ਕਿਹਾ ਰਿਲੈਕਸ ਹੋ ਕੇ ਬੈਠ ਕੇ ਵਲਾਗ ਬਣਾਉਣਾ, ਨਾ ਨੂੰ ਫਰੈਸ਼ ਹੋ ਜਾਂਦੇ ਹਾਂਗੇ, ਉਸ ਤੋਂ ਬਾਅਦ ਹੀ ਸੌਂਗਾ। ਬਾਹਰ ਮਾਸ਼ਾਅੱਲਾ ਠੰਡੀ ਠੰਡੀ ਹਵਾ ਚੱਲੀ, ਦੇਖੋ ਨਾ ਵਿੰਡੋ ਦਾ ਕਿਵੇਂ ਕੱਪੜਾ ਉੱਡ ਰਿਹਾ ਹੈਗਾ, ਇੱਥੇ ਅੰਦਰ ਠੰਡੀ ਹਵਾ ਆ ਰਹੀ ਹੈਗੀ, ਇੰਝ ਲੱਗਿਆ ਜਿਵੇਂ ਏ ਸੀ ਚੱਲਿਆ ਖੜਾ ਹੈਗਾ ਮਾਸ਼ਾਅੱਲਾ। ਅਤੇ ਆਉਂਦੀ ਤਾਂ ਹੁਣ ਕੋਈ ਨਹੀਂ, ਜਿਵੇਂ ਗੱਟਾ ਮਿੱਟੀ ਅੱਗੇ ਉੱਡ ਰਿਹਾ ਸੀ ਉਸ ਤਾਂ ਗੱਟਾ ਮਿੱਟੀ ਨਹੀਂ, ਮਾਸ਼ਾਅੱਲਾ ਸਾਫ਼ ਸੁਥਰੀ ਠੰਡੀ ਹਵਾ ਚੱਲੀ ਹੋਈ ਹੈਗੀ, ਜਿਵੇਂ ਕਿ ਗੱਟਾ ਮਿੱਟੀ ਹੁਣ ਨਹੀਂ ਹੈਗਾ। ਅਤੇ ਉਧਰੋਂ ਇਨਸ਼ਾਅੱਲਾ ਤਾਲਾ ਸੁਬਾਹ ਨਾ ਜਾਣਾ ਤਾਂ ਮੈਨੂੰ ਲੱਗਦਾ ਕਿਧਰੇ ਨਹੀਂ, ਸੁਬਾਹ ਫਸਟ ਟਾਈਮ ਤਾਂ ਸਾਨੂੰ ਜਾਣਾ ਪੈਣਾ ਹੈਗਾ ਸੱਚ ਉੱਧਰ ਖਾਲਾਂ ਜਾਣ ਉਹਨਾਂ ਨੇ, ਉਹਨਾਂ ਨੇ ਜਿਹੜਾ ਕਮਰੇ ਦੀ ਸੈਟਿੰਗ ਵਗੈਰਾ ਅੰਦਰ ਕਰਨੀ ਹੈਗੀ ਸਮਾਨ ਵਗੈਰਾ, ਲੇਕਿਨ ਮੈਨੂੰ ਜ਼ਿਆਦਾ ਦਰਦ ਹੋਏ ਨੇ ਲੱਤ ਨੂੰ, ਫਿਰ ਮੈਂ ਉੱਧਰ ਨਹੀਂ ਜਾ ਪਾਵਾਂਗਾ, ਲੇਕਿਨ ਇਹ ਮੈਂ ਤੁਹਾਡੇ ਨਾਲ ਵਾਅਦਾ ਕਰ ਸਕਣਾਗੇ ਕਿ ਸੁਬਾਹ ਨੂੰ ਦੁਕਾਨ ਦੀ ਮੁਕੰਮਲ ਸਫਾਈ ਕਰਾਂਗੇ, ਦੇਖਾਂਗੇ ਨਾ ਜਿਵੇਂ ਕਿ ਦੇਖੋ ਆ ਸ਼ੈਲਫਾਂ ਦੀ ਕੀ ਹਾਲਤ ਹੋਈ, ਮਿੱਟੀ ਹੋਏ ਪਏ ਨੇਗੇ, ਜਿਵੇਂ ਅੱਜ ਆਉਂਦੀ ਚੱਲੀ ਰਹੀ ਹੈ ਨਾ ਉਸ ਵਜ੍ਹਾ ਤੋਂ ਗੱਟਾ ਮਿੱਟੀ ਬਹੁਤ ਜ਼ਿਆਦਾ ਪਿਆ ਪਿਆ, ਸਫਾਈ ਹੋਣ ਵਾਲੀ ਸਫਾਈ ਕਰਨਾ, ਲੇਕਿਨ ਇਨਸ਼ਾਅੱਲਾ ਤਾਲਾ ਫਿਰ ਸਮਾਨ ਵਗੈਰਾ ਪੈਣਾ ਤਾਂ ਕਿਸਮਤ ਨਾਲ ਹੀ ਆਏਗਾ, ਜਦੋਂ ਹੀ ਗੁਜਾਇਸ਼ ਹੋਈ ਇਨਸ਼ਾਅੱਲਾ ਤਾਲਾ ਸਮਾਨ ਨਾਲ ਦੁਕਾਨ ਨੂੰ ਭਰ ਦੇਣਾ ਹੈਗਾ ਜਿਵੇਂ ਪਹਿਲੇ ਭਰੀ ਸੀ, ਲੇਕਿਨ ਦਰਦ ਮੇਰੇ ਕੋਲ ਬਰਦਾਸ਼ਤ ਨਹੀਂ ਹੋ ਪਾ ਰਹੀ ਹੈਗੀ, ਲੇਕਿਨ ਮੈਂ ਕਹਿਣਾ ਆ ਗਿਆ ਕਿ ਚਲੋ ਆਪਣੇ ਭੈਣ ਭਾਈਆਂ ਜਿਹੜੀਆਂ ਮੇਨ ਗੱਲਾਂ ਇਹ ਸ਼ੇਅਰ ਕਰਨੀਆਂ ਨੇ ਉਹ ਕਰ ਲਵਾਂ। ਅਤੇ ਸੱਚ ਇਹ ਹਲਦੀ ਅਤੇ ਮਿਰਚਾਂ ਵੀ ਲੈ ਆਇਆ ਸੀ ਜਦੋਂ ਸ਼ਹਿਰ ਗਏ ਸੀ ਨਾ, ਇਹ ਦੇਖੋ ਇੱਕ ਇੱਕ ਜੇ ਇਹਨਾਂ ਦੇ ਗੁਰਸ ਲੈ ਲਿਆ ਸੀ ਮੈਂ, ਕਿ ਇਹ ਵੀ ਇਹਨਾਂ ਮਹੱਲੇਦਾਰ ਜੀ ਇਹਨਾਂ ਨੂੰ ਜ਼ਰੂਰਤ ਆਉਂਦੀ ਹੈ, ਜੀ ਨਮਕ ਵਗੈਰਾ ਪਹਿਲੇ ਪਿਆ ਹੋਇਆ ਹੈਗਾ, ਬਾਕੀ ਕੁਛ ਚੀਜ਼ਾਂ ਪਈਆਂ ਹੋਈਆਂ ਸ਼ੋਪ ਦੀ ਬੱਚਿਆਂ ਦੀ ਖਾਣ ਪੀਣ ਦੀਆਂ ਵੀ, ਲੇਕਿਨ ਕਾਫੀ ਚੀਜ਼ਾਂ ਸ਼ਾਰਟ ਨੇਗੀਆਂ, ਆਹ ਗੱਲੇ ਖਾਲੀ ਹੋਏ ਪਏ ਨੇ, ਇਹਦੇ 'ਚ ਖੰਡ ਵਗੈਰਾ ਨਹੀਂ ਆ, ਬਾਕੀ ਫਿਰ ਚੀਨੀ ਦੂਸਰੇ ਜਿਹੜੇ ਪਏ ਨੇ ਆਪਣੇ ਕੋਲ ਚਾਵਲ ਵਗੈਰਾ ਕਹਿੰਦੇ ਲੈਣੀ, ਜਦੋਂ ਚੀਨੀ ਨਹੀਂ ਆਪਣੇ ਕੋਲ ਆਉਣੀ ਹੈਗੀ ਤਾਂ ਉਸ ਤੋਂ ਹਟ ਕੇ ਜਦੋਂ ਆਪਣੇ ਕੋਲ ਸਾਰੇ ਮਸਾਲੇ ਵਗੈਰਾ ਨਹੀਂ ਆਉਣੇ ਹੈਗੇ ਉਦੋਂ ਕਹਿੰਦੇ ਆਪਣੇ ਕੋਲ ਆ ਕੇ ਚਾਵਲ ਲੈਣੇ ਨੇ, ਇਹ ਚਾਵਲ ਉਵੇਂ ਦੋਵੇਂ ਹੀ ਪਏ ਨੇਗੇ ਜਦੋਂ ਚੀਨੀ ਨਹੀਂ ਹੈਗੀ ਆ, ਔਰ ਘੀ ਵਗੈਰਾ ਨਹੀਂ ਹੈ, ਘੀ ਵੀ ਬਿਲਕੁਲ ਸ਼ੋਪ ਤੋਂ ਖਤਮ ਹੋਇਆ, ਲੇਕਿਨ ਇਨਸ਼ਾਅੱਲਾ ਤਾਲਾ ਜਿਵੇਂ ਗੁਜਾਇਸ਼ ਬਣਦੀ ਹੈਗੀ ਫਿਰ ਸਾਰੀ ਚੀਜ਼ਾਂ ਆਹਿਸਤਾ ਆਹਿਸਤਾ ਸਟੈਪ ਬਾਏ ਸਟੈਪ ਪੂਰੀਆਂ ਕਰਾਂਗੇ। ਜੁੱਤੀਆਂ ਥੋੜ੍ਹੀਆਂ ਬਹੁਤੀ ਜਿਹੜੀ ਲੈ ਆਇਆ ਸੀ ਗੋਇਆ ਅਤੇ ਦੁਕਾਨ 'ਚ ਪੈਸੇ ਕੱਢ ਕੇ ਲਾਏ ਨੇ, ਗਾਰੇ 'ਚ ਲੱਗ ਗਏ, ਐਵੇਂ ਲੱਗਦੇ ਲਗਾਉਂਦੇ ਜਿਹੜੇ ਨਾ ਸਾਰੇ ਖਰਚੇ ਗਏ ਸੀਗੇ ਸ਼ੋਪ ਦੇ ਵਿੱਚ, ਇਨਵੈਸਟ ਕੀਤੇ ਸੀ ਪੈਸੇ।
ਦਰਅਸਲ ਅਸਲ ਥਕਾਵਟ ਤਾਂ ਕੱਲ੍ਹ ਦੇ ਦਿਨ ਦੀ ਸਾਨੂੰ ਹੈਗੀ ਜੇ ਕੱਲ੍ਹ ਫਿਸ਼ਿੰਗ ਕਰਦੇ ਫਿਰਿਆ ਨਾ ਅਸੀਂ ਉਹਦੇ 'ਚ ਅਸੀਂ ਪਿਓ ਪੁੱਤਰ ਦੋਨੇ ਹੀ ਬਹੁਤ ਜ਼ਿਆਦਾ ਥੱਕ ਗਏ ਹਾਂ ਕਿ ਉਹਨਾਂ ਨੂੰ ਅੱਬੂ ਜਾਨ ਨੂੰ ਮੋਹਰਿਆਂ ਦਾ ਮਸਲਾ ਸੀਗਾ ਅਤੇ ਉਹ ਅੱਜ ਸਾਰਾ ਦਿਨ ਸੋਏ ਰਹੇ ਨੇਗੇ ਕਹਿੰਦੇ ਮੋਹਰੇ ਜਿਹੜੇ ਨਾਲ ਦਰਦ ਕਰ ਰਹੇ ਨੇਗੇ ਅਤੇ ਮੈਂ ਜਿਹੜਾ ਆ ਕੇ ਮੈਨੂੰ ਲੱਤ ਚੋਟ ਲੱਗੀ ਹੋਈ ਸੀ ਉਦੋਂ ਗਿਰਿਆ ਸੀ ਨਾ ਅਤੇ ਐਵੇਂ ਹੀ ਦਰਦ ਹੁੰਦੀ ਸੀਗੀ ਜਿਵੇਂ ਅੱਜ ਮੈਨੂੰ ਦਰਦ ਹੋ ਰਹੀ ਹੈਗੀ ਅੱਜ ਅਲਾਂ ਖਾਲਾ ਜਾਣ ਲੱਗਿਆ ਇਤਨੀ ਜ਼ਿਆਦਾ ਦਰਦ ਸੀ ਨਾ ਫਿਰ ਮੈਂ ਕਿਹਾ ਮੈਂ ਇੱਥੇ ਕੰਮ ਕਰਾਵਣ ਆਇਆ ਆਸਣ ਨੂੰ ਕਿਵੇਂ ਬੈਠਾ ਔਖਾ ਸੌਖਾ ਕੰਮ ਕਰਾ ਨਾਲ ਜਿਤਨਾ ਵੀ ਹੋ ਸਕਿਆ ਨਾਲ ਮੈਂ ਹੈਲਪ ਵਗੈਰਾ ਕਰਾਈ ਹੈ ਕੋਈ ਉਹ ਨਾਲ ਜੇ ਮੰਗਾਰੇ ਵਗੈਰਾ ਸੋ ਨਾਲ ਸਮਾਨ ਵਗੈਰਾ ਲਦਵਾਇਆ ਚਲੋ ਅੱਲਾ ਸ਼ੁਕਰ ਹੈ ਉਹ ਵੀ ਉਰ ਲਿਆ ਆਪਣੇ ਘਰ ਦੇ ਵਿੱਚ ਜਿਹੜੇ ਨੇ ਸ਼ਿਫਟ ਹੋਇਆ ਨੇ ਹੁਣ ਸੁਬਹਾ ਜਾਵਾਂਗੇ ਫਸਟ ਟਾਈਮ ਕੁਛ ਉਹਨਾਂ ਨੂੰ ਸਮਾਨ ਦੀ ਸੈਟਿੰਗ ਵਗੈਰਾ ਕਰਵਾਵਾਂਗੇ ਦੇਖਣੇ ਹਨ ਇਨਸ਼ਾਅੱਲਾ ਅਗਰ ਮੇਰੀ ਤਬੀਅਤ ਠੀਕ ਹੋਈ ਤਾਂ ਵੇਖ ਲਵਾਂਗੇ ਨਾ ਜੇ ਅਗਰ ਮੇਰੀ ਤਬੀਅਤ ਨਾ ਠੀਕ ਹੋ ਪਾਈ ਤਾਂ ਫਿਰ ਅਗਰ ਇੱਥੇ ਘਰ 'ਚ ਮੈਂ ਹੋਇਆ ਨਾ ਅਤੇ ਮਾੜਾ ਮੋਟਾ ਜੇ ਕੋਈ ਸਫਾਈ ਵਗੈਰਾ ਕਰਨੀ ਹੈ ਤਾਂ ਲਾਜ਼ਮੀ ਕਰਾਂਗੇ ਯਾਰ ਵਾਲਾ ਤੁਹਾਨੂੰ ਦੇਖਣੇ ਹਨ ਕੀ ਨਿਜ਼ਾਮ ਹੁੰਦਾ ਹੈਗਾ ਅੱਛਾ ਸਾਰਾ ਦਿਨ ਖਾਲਾਂ ਜਾਣ ਵਾਲਾ ਘਰ ਰਹਿਣ ਦੀ ਵਜ੍ਹਾ ਤੋਂ ਨਾ ਮੇਰਾ ਵਿਲਾਗ ਵੀ ਇੱਕ ਅਪਲੋਡ ਨਹੀਂ ਹੋ ਪਾਇਆ ਉਹਨਾਂ ਐਡੀਟਿੰਗ ਵਗੈਰਾ ਕਰਨੀ ਸੀ ਫਿਰ ਉੱਧਰ ਨਾਲ ਕੰਮ ਕਰਵਾਉਣਾ ਹੈਗਾ ਇੱਧਰ ਮੇਰਾ ਧਿਆਨ ਹੀ ਨਹੀਂ ਗਿਆ ਹੈਗਾ ਹੁਣ ਉਹ ਕਾਫੀ ਵੱਡਾ ਵਿਲਾਗ ਬਣਿਆ ਕੱਲ੍ਹ ਦੇ ਦਿਨ ਦਾ ਅਤੇ ਉਹ ਹੁਣ ਅਪਲੋਡ ਕਰਨਾ ਸਰ ਰਾਤ ਮੈਨੂੰ ਕੀਤਾ ਜਾਗਣਾ ਪਵੇ ਵੈਸੇ ਜਿਸ ਤਰ੍ਹਾਂ ਰਾਤ ਨੂੰ ਦਰਦ ਹੈ ਮੈਨੂੰ ਨੀਂਦਰ ਆਉਣੀ ਨਹੀਂ ਹੈਗੀ ਸਾਰੀ ਰਾਤ ਲੇਕਿਨ ਦੇਖਣੇ ਆਉਣਾ ਥੱਕਿਆ ਬਹੁਤ ਜ਼ਿਆਦਾ ਆ ਗਿਆ ਅਤੇ ਲੱਤ ਨਾਲ ਦਰਦ ਹੋ ਰਹੀ ਸੀ ਕਿ ਬੈਠੇ ਨਹੀਂ ਜਾ ਰਿਹਾ ਹੈਗਾ ਦਿਲ ਕਰਦਾ ਸੋ ਜਾਵਾਂ ਲੇਕਿਨ ਜਦੋਂ ਸਮਝਣ ਲੱਗਣਾ ਦਰਦ ਜਦੋਂ ਹੁੰਦੀ ਨਾ ਫਿਰ ਨੀਂਦਰ ਕਿੱਥੇ ਆਉਂਦੀ ਹੈ ਜੀ ਬਸ ਦੁਆ ਕਰੋ ਕੋਈ ਅੱਲਾ ਪਾਕ ਕਰਮ ਕਰੇਗਾ ਅਤੇ ਉਹਦਾ ਵਿਲਾਗ ਜਿਹੜਾ ਜਿੰਨਾ ਹੀ ਹੈਗਾ ਮੈਨੇਜ ਕਰੋ ਇਨਸ਼ਾਅੱਲਾ ਤਾਲਾ ਸੁਬਹਾ ਫਿਰ ਵੱਡਾ ਵਿਲਾਗ ਬਣਾਵਾਂਗੇ ਇਹ ਲਾ ਜੀ ਆਪਣਾ ਜਿਹਾ ਵਿਲਾਗ ਹੁੰਦਾ ਅਤੇ ਖਤਮ ਤੁਹਾਨੂੰ ਅੱਛਾ ਲੱਗੇ ਲਾਜ਼ਮੀ ਆਪਣੇ ਚੈਨਲ ਸਬਸਕ੍ਰਾਈਬ ਕਰ ਲੈਣਾ ਵੀਡੀਓ ਲਾਈਕ ਕਰ ਲੈਣਾ ਦੋਸਤਾਂ ਰਿਸ਼ਤੇਦਾਰਾਂ ਸ਼ੇਅਰ ਵੀ ਕਰ ਲੈਣਾ ਓਕੇ ਥੈਂਕਸ ਫੋਰ ਵਾਚਿੰਗ ਐਂਡ ਅੱਲਾ ਹਾਫਿਜ਼